ਜਿਹੜੇ ਕਹਿੰਦੇ ਆ ਨਾ ਕਿ ਇਹ ਕੁਝ ਨਹੀਂ ਕਰ ਸਕਦੇ, ਇਹਨਾਂ ਦੇ ਸਰੀਰ ਢੱਬਾ, ਇਹ ਕੀ ਕਰੂਗੀ ਫਲਾਨਾ ਟਿਮਕਾ, ਬਹੁਤ ਲੋਕੀ ਤੁਹਾਨੂੰ ਬਹੁਤ ਪੋਕ ਕਰਦੇ ਆ। ਇਹ ਕਹਿਣਾ ਬਹੁਤ ਗਲਤ ਹੋਊਗਾ ਕਿ ਮੈਂ ਫਿਟਨੈਸ ਮੈਰਿਜ ਲਈ ਕੀਤੀ ਹੈ। ਨੋ ਜੀ, ਇਹਨਾਂ ਨੇ ਨਾ ਸਵਾਲ ਬੜਾ ਗੋਲਮੋਲ ਕਰਕੇ ਜਵਾਬ ਦਿੱਤਾ। ਦਰਾਨਾ ਕਰਾਉਣਾ ਬਹੁਤ ਜ਼ਰੂਰੀ ਆ, ਕੁੜੀਆਂ ਘਰ ਨਹੀਂ ਰਹਿੰਦੀਆਂ। ਆਰਟਿਸਟ ਹਮੇਸ਼ਾ ਗੱਲ ਨੂੰ ਗੋਲ ਕਰਕੇ ਜਵਾਬ ਦਿੰਦਾ ਹੈ। ਮੈਨੂੰ ਨਹੀਂ ਪਤਾ, ਮੈਨੂੰ ਤਾਂ ਦਿਓ ਇਹ ਰੋਲ, ਮੈਨੂੰ ਦਿਓ। ਉਹ ਕਹਿਣਗੇ ਮੇਰੇ ਲਈ ਕੀ ਕਰਦੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੈਮਜ਼ੋ ਮੀਡੀਆ ਦੇਖ ਰਹੇ ਹੋ, ਮੈਂ ਗੋਲਡੀ ਖੀਵਾ। ਅੱਜ ਸਾਡੇ ਨਾਲ ਮੈਂਡੀ ਜੀ ਮੌਜੂਦ ਨੇ, ਮੈਂਡੀ ਸੰਧੂ ਜੀ, ਸਰਗਵਾਸੀ ਸਰਦਾਰ ਕਰਤਾਰ ਰਾਮਲਾ ਜੀ ਦੀ ਬੇਟੀ, ਜਿਨ੍ਹਾਂ ਦੇ ਗਾਣੇ ਤੁਸੀਂ ਅੱਜ ਵੀ ਸੁਣਦੇ ਹੋ ਇੰਡਸਟਰੀ 'ਚ। ਹਿੱਟ ਗਾਣੇ ਉਹਨਾਂ ਨੇ ਦਿੱਤੇ ਆ, ਸੁਪਨਾ ਹੋ ਗਈ ਪਾਲੀ ਮੇਰਾ ਫੇਵਰੇਟ ਗਾਣਾ ਹੈ। ਅੱਜ ਇਹਨਾਂ ਨਾਲ ਗੱਲਾਂ ਕਰਾਂਗੇ ਇਹਨਾਂ ਦੇ ਪਾਪਾ ਦੀਆਂ ਯਾਦਾਂ ਬਾਰੇ ਅਤੇ ਇਹਨਾਂ ਦੇ ਅਪਕਮਿੰਗ ਟਰੈਕਸ ਬਾਰੇ, ਇਹਨਾਂ ਦੇ ਲਾਈਫ ਸਟਾਈਲ ਬਾਰੇ, ਸਾਰੀਆਂ ਗੱਲਾਂ ਇਸ ਇੰਟਰਵਿਊ 'ਚ ਸਾਂਝੀਆਂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਗੋਲਡੀ ਖੀਵਾ ਜੀ ਨੂੰ, ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਕੈਮਜ਼ੋ ਮੀਡੀਆ ਦੇਖ ਰਹੇ ਤਮਾਮ ਦਰਸ਼ਕਾਂ ਨੂੰ ਮੈਂਡੀ ਸੰਧੂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਚਾਹੁੰਦੀ ਹਾਂ ਤੁਸੀਂ ਇਹਨਾਂ ਦੇ ਚੈਨਲ ਕੈਮਜ਼ੋ ਮੀਡੀਆ ਨੂੰ ਵੱਧ ਤੋਂ ਵੱਧ ਲਾਈਕ ਕਰੋ, ਕਮੈਂਟ ਕਰੋ, ਸਬਸਕ੍ਰਾਈਬ ਕਰੋ। ਕਹਿੰਦੇ ਨੇ ਮੰਦਾ ਬੋਲਣਾ ਬੋਲੀਏ, ਕਰਤਾਰੋਂ ਡਰੀਏ, ਗਲਤ ਕਮੈਂਟਸ ਨਾ ਕਰੋ। ਤੁਹਾਡੇ ਕਮੈਂਟਸ ਨਾਲ ਸਾਨੂੰ ਕੋਈ ਅਸਰ ਨਹੀਂ, ਅਸੀਂ ਆਪਣੇ ਆਪ ਨੂੰ ਇੰਪਰੂਵ ਕਰਾਂਗੇ। ਤੁਸੀਂ ਸਾਡੇ ਲਈ ਕੁਝ ਗਲਤ ਲਿਖੋਗੇ ਬਟ ਤੁਹਾਡੀ ਸੋਚ ਦਾ ਪਤਾ ਲੱਗਦਾ ਵੀ ਤੁਸੀਂ ਕਿੰਨੀ ਘਟੀਆ ਜਾਂ ਵਧੀਆ ਸੋਚ ਰੱਖਦੇ ਹੋ, ਤੁਹਾਡੇ ਕਮੈਂਟਸ ਤੋਂ ਜ਼ਾਹਿਰ ਹੁੰਦਾ। ਸੋ ਇਹਨਾਂ ਦੇ ਕਹਿਣ ਦਾ ਮਤਲਬ ਵੀ, ਮਤਲਬ ਕਿ ਸ਼ਬਦਾਵਲੀ ਸਹੀ ਲਿਖੋ, ਜੇ ਤੁਹਾਨੂੰ ਕੋਈ ਕਮੀ ਲੱਗਦੀ ਹੈ ਉਹ ਜ਼ਰੂਰ ਤੁਸੀਂ ਦੱਸਣੀ ਹੈ ਕਮੈਂਟਾਂ 'ਚ, ਤਾਂ ਜੋ ਅਸੀਂ ਆਪਣੇ ਆਪ ਨੂੰ ਇੰਪਰੂਵ ਕਰ ਸਕੀਏ। ਪਰ ਜਿਹੜੀ ਸ਼ਬਦਾਵਲੀ ਹੈ ਉਹ ਉਹੀ ਜਿਹੀ ਰੱਖਿਓ, ਕਿਉਂਕਿ ਆਪਣੇ ਵੀ ਭੈਣ ਭਾਈ ਉਸ ਇੰਟਰਵਿਊ ਨੂੰ ਦੇਖ ਰਹੇ ਆ, ਉਹ ਕਮੈਂਟਸ ਦੇਖ ਰਹੇ ਆ, ਤੁਸੀਂ ਸ਼ਬਦਾਵਲੀ ਜਿਹੜੀ ਹੈ ਉਹੋ ਜਿਹੀ ਰੱਖਣੀ ਹੈ। ਸਭ ਤੋਂ ਪਹਿਲਾਂ ਸਿਹਤ ਕਿਵੇਂ ਹੈ ਜੀ? ਸਿਹਤ ਠੀਕ ਹੈ, ਵਧੀਆ। ਪਹਿਲਾਂ ਨੂੰ ਫਿੱਟ ਹੋ ਗਏ? ਹਾਂ, ਥੋੜ੍ਹੀ ਬਹੁਤ। ਕੀ ਰਾਜ਼ ਹੈ? ਰਾਜ਼ ਇਹ ਹੈ, ਇੱਕ ਤਾਂ ਮੈਂ ਜਿਮ ਕੰਟੀਨਿਊ ਕਰ ਰਹੀ ਹਾਂ, ਪਰਸੂਇੰਗ OHCC ਜਿਮ। ਮੇਰੇ ਫਿਟਨੈਸ ਗੁਰੂ ਨੇ ਸੰਜੇ ਸਰ, ਰੀਆ ਮੈਮ ਜੀ, ਉਹਨਾਂ ਨੇ ਮੈਨੂੰ ਗਾਈਡ ਕੀਤਾ। ਆਈ ਹੈਡ ਟੂ ਪ੍ਰੂਵ ਸੋ ਮੈਨੀ ਪੀਪਲ ਰੋਂਗ, ਜਿਹੜੇ ਕਹਿੰਦੇ ਆ ਨਾ ਕਿ ਇਹ ਕੁਛ ਨਹੀਂ ਕਰ ਸਕਦੇ, ਇਹਨਾਂ ਦੇ ਸਰੀਰ ਢੱਬਾ, ਇਹ ਕੀ ਕਰੂਗੀ ਫਲਾਨਾ ਟਿਮਕਾ, ਬਹੁਤ ਲੋਕੀ ਤੁਹਾਨੂੰ ਬਹੁਤ ਪੋਕ ਕਰਦੇ ਆ। ਮੈਂ ਕਿਹਾ ਨਾ, ਉਹਨਾਂ ਦੀ ਚੀਜ਼ ਨੂੰ ਅਸੀਂ ਲੈ ਲਿਆ ਜੀ, ਉਹਨਾਂ ਨੂੰ ਪ੍ਰੂਵ ਰੋਂਗ ਕਰਨ ਦੀ ਕੋਸ਼ਿਸ਼ ਕੀਤੀ। ਫਿਟਨੈਸ ਲਈ ਮੈਂ ਮਿਹਨਤ ਕੀਤੀ, ਕਹਿਣ ਨਾਲ ਕੁਛ ਨਹੀਂ ਹੁੰਦਾ। ਕੋਈ ਨਹੀਂ ਚਾਹੁੰਦਾ ਮੋਟਾ ਦਿਖੇ, ਉਹ ਕਾਲਾ ਦਿਖੇ, ਉਹ ਭੱਦਾ ਦਿਖੇ, ਉਹ ਗਿੱਠਾ ਦਿਖੇ। ਹਰ ਬੰਦੇ ਨੂੰ, ਕਿਸੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੋ ਸਕਦੀ ਹੈ ਜਾਂ ਕੋਈ ਖਾਣ ਪੀਣ ਕਰਕੇ ਮੋਟਾ ਹੋ ਜਾਂਦਾ, ਇੱਕ ਟਾਈਮ ਲੱਗਦਾ ਬੰਦੇ ਨੂੰ ਇੰਪਰੂਵ ਕਰਨ 'ਚ। ਹਾਂ, ਉਹ ਬਦਲ ਨਹੀਂ ਸਕਦਾ, ਲੇਕਿਨ ਇੰਪਰੂਵ ਕਰ ਸਕਦਾ ਜੀ। ਇੱਥੇ ਦਰਸ਼ਕੋ, ਮੈਂ ਇੱਕ ਗੱਲ ਤੁਹਾਨੂੰ ਹੋਰ ਵੀ ਸਾਂਝੀ ਕਰਦਾ। ਇਹਨਾਂ ਨੇ ਨਾ ਸਵਾਲ ਬੜਾ ਗੋਲਮੋਲ ਕਰਕੇ ਜਵਾਬ ਦਿੱਤਾ। ਦਰਅਸਲ ਇਹਨਾਂ ਨੂੰ ਹਰ ਇੱਕ ਇੰਟਰਵਿਊ 'ਚ ਪੁੱਛਿਆ ਜਾਂਦਾ ਸੀ, ਅਸੀਂ ਵੀ ਉਹ ਪੁੱਛਣਾ ਵੀ ਤੁਸੀਂ ਮੈਰਿਜ ਕਿਉਂ ਨਹੀਂ ਕਰਾ ਰਹੇ। ਸੋ ਇਹਨਾਂ ਦੀ ਮੈਰਿਜ ਦੀ ਤਿਆਰੀ ਆ, ਉਹਦੇ ਲਈ ਫਿਟਨੈਸ ਜ਼ਿਆਦਾ ਮੇਨਟੇਨ ਕੀਤੀ ਹੈ ਇਹਨਾਂ ਨੇ, ਇਹ ਸੀਗਾ ਅਸਲ ਕਾਰਨ। ਆਰਟਿਸਟ ਹਮੇਸ਼ਾ ਗੱਲ ਨੂੰ ਗੋਲ ਕਰਕੇ ਜਵਾਬ ਦਿੰਦਾ। ਸੋ ਇਹੀ ਕਾਰਨ ਹੈ ਜੀ, ਮੈਰਿਜ ਕਦੋਂ ਕਰਵਾ ਰਹੇ ਹੋ, ਮੇਰਾ ਉਹੀ ਸਵਾਲ। ਇਹ ਕਹਿਣਾ ਬਹੁਤ ਗਲਤ ਹੋਊਗਾ ਕਿ ਮੈਂ ਫਿਟਨੈਸ ਮੈਰਿਜ ਲਈ ਕੀਤੀ ਹੈ। ਨੋ ਜੀ, ਨੋਟ ਐਟ ਆਲ। ਮੈਂ ਫਿਟਨੈਸ ਆਪਣੇ ਆਪ ਲਈ ਕੀਤੀ ਹੈ, ਬਿਕਾਜ਼ ਅਗਰ ਤੁਸੀਂ ਫਿਟ ਨਹੀਂ ਹੋ ਤਾਂ ਤੁਹਾਨੂੰ ਬਹੁਤ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ। ਖਾਸ ਤੌਰ ਤੇ ਵੈਰੀ ਕਾਮਨ ਬਿਮਾਰੀ ਇਨ ਗਰਲਸ ਇਟਸ PCOD, ਉਹ ਜਿਹੜੀ ਕੁੜੀ ਨੂੰ ਵੀ ਹੁੰਦੀ ਹੈ, ਇਟਸ ਅ ਸਿੰਡਰੋਮ ਕਾਈਂਡ ਆਫ ਅ ਪ੍ਰੋਬਲਮ, ਜਿਹਦੇ ਨਾਲ ਵੇਟ ਵੱਧਦਾ ਤੇ ਡਾਕਟਰ ਕਹਿੰਦੇ ਵੇਟ ਘਟੂਗਾ ਤਾਂ ਤੁਸੀਂ ਠੀਕ ਰਹੋਗੇ, ਲੇਕਿਨ ਉਹ ਘਟਾਉਣ ਲਈ ਤੁਸੀਂ ਇੰਨੀ ਮਿਹਨਤ ਕਰ ਦਿਓ, ਘਟਦਾ ਨਹੀਂ। ਸੋ ਇਦਾਂ ਦੇ ਸਿੰਡਰੋਮਸ ਕੁੜੀਆਂ ਦੇ ਵਿੱਚ ਪਾਏ ਗਏ ਆ। ਮੈਂ ਇਸ ਲਈ ਨਹੀਂ ਕਿ ਮੈਂ ਵਿਆਹ ਕਰਾਉਣਾ, ਮੈਨੂੰ ਨਹੀਂ ਪਤਾ ਮੇਰੇ ਆਸ ਗਵਾਂਢ ਰਿਲੇਟਿਵਸ ਨੂੰ ਕਿਉਂ ਇੰਨਾ ਚਾਹ ਚੜਦਾ, ਤੁਹਾਡੇ ਵਰਗਿਆਂ ਨੂੰ ਵੀ। ਵੀ ਹੁਣ ਤੁਸੀਂ ਐਜ਼ ਅ ਬ੍ਰਦਰ ਮੈਂ ਗੱਲ ਕਰ ਰਹੀ ਹਾਂ ਕਿ ਤੁਹਾਨੂੰ ਬੜਾ ਚਾਹਿਆ ਕਿ ਭੈਣ ਚੂੜਾ ਪਾ ਕੇ ਵਿਆਹ ਕਰਾ ਕੇ ਚਲੀ ਜਾਵੇ, ਮੈਂ ਬੋਝ ਨਹੀਂ ਹਾਂ ਕਿਸੇ ਦੇ। ਵਿਆਹ ਤੋਂ ਮੈਨੂੰ ਕੋਈ ਪਰਹੇਜ਼ ਜਾਂ ਅਲਰਜੀਜ਼ ਨਹੀਂ ਹੈ, ਬਟ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ, ਇਹ ਮੇਰੀ ਆਪਣੀ ਮਰਜ਼ੀ ਹੈ। ਕੁਛ ਲੋਕ 16 ਸਾਲ ਦੀ ਉਮਰ 'ਚ ਵਿਆਹ ਕਰਾਉਂਦੇ ਨੇ ਤੇ 22 ਸਾਲ 'ਚ ਤਲਾਕ ਲੈ ਲੈਂਦੇ ਆ, ਤੇ ਕੁਛ 50 ਸਾਲ ਦੀ ਉਮਰ 'ਚ ਵਿਆਹ ਕਰਾਉਂਦੇ ਨੇ, ਉਹਨਾਂ ਨੇ ਦੁਨੀਆ ਦੇਖੀ ਹੁੰਦੀ ਹੈ ਤੇ ਉਹ ਸਟੇਬਿਲਟੀ ਨਾਲ ਟਿਲ ਡੈਥ ਉਸ ਪਾਰਟਨਰ ਨਾਲ ਰਹਿ ਲੈਂਦੇ ਨੇ। ਕੁਛ ਲੋਕ ਬਿਫੋਰ ਮੈਰਿਜ ਬੱਚੇ ਪੈਦਾ ਕਰ ਲੈਂਦੇ ਨੇ ਤੇ ਕੁਛ ਆਫਟਰ ਮੈਰਿਜ, ਕਈਆਂ ਨੂੰ ਹੁੰਦੇ ਨਹੀਂ ਆ, ਕਰ ਲੈਂਦੇ ਨੇ। ਤੇ ਗੱਲ ਘੁੰਮ ਕੇ ਕਿੱਥੇ ਆ ਜਾਂਦੀ? ਮੈਰਿਜ ਤੇ। ਇਹ ਹਰ ਇੱਕ ਦੀ, ਮੈਂ ਹੁਣ ਜਿਹੜੀ ਗੱਲ ਕੀਤੀ ਹੈ ਨਾ ਬੱਚੇ ਪੈਦਾ ਕਰਨ ਦੀ ਜਾਂ ਵਿਆਹ ਦੀ, ਕੋਈ 16 'ਚ ਕਰਾਉਂਦਾ ਕਿ 56 'ਚ ਕਰਾਉਂਦਾ ਤੇ ਕੋਈ ਸੈਰੋਗੇਸੀ ਨਾ ਮਾਂ ਬਣ ਜਾਂਦਾ ਤੇ ਕੋਈ ਫਿਟਨੈਸ 'ਚ ਇੰਨਾ ਫਰੀਕ ਹੁੰਦਾ ਕਿ ਅਸੀਂ ਕੋਕ ਦਾ ਨਹੀਂ ਲੈ ਲੈਂਦੇ ਹਾਂ। ਇਹ ਲੋਕ ਪਰਸਨਲ ਥਾਟ ਹੈ ਤੁਹਾਡਾ, ਤੇ ਨਾ ਮੈਰਿਜ ਕਰਨਾ ਇਜ਼ ਮਾਈ ਪਰਸਨਲ ਥਾਟ, ਇਹ ਤੁਹਾਡਾ ਪਰਸਨਲ ਥਾਟ ਹੈ। ਮੈਨੂੰ ਸਲਾਹ ਗੋਲਡੀ ਜੀ ਉਹ ਦਿੰਦੇ ਨੇ, 80% ਜਿਨ੍ਹਾਂ ਦੀ ਮੈਰਿਡ ਲਾਈਫ ਡਿਸਟਰਬਡ ਹੈ, ਵਿਆਹ ਨਾ ਕਰਾਉਣਾ ਬਹੁਤ ਜ਼ਰੂਰੀ ਹੈ। ਕੁੜੀਆਂ ਘਰ ਨਹੀਂ ਰਹਿੰਦੀਆਂ, ਆਪ ਅੰਕਲਾਂ ਨਾਲ ਉਹਨਾਂ ਦੀ ਭੋਰਾ ਨਹੀਂ ਬਣਦੀ, ਠੀਕ ਹੈ, ਅੰਕਲ ਤੂੰ ਦੁਖੀ ਹੈ, ਪੁੱਤ ਸ਼ਰਾਬ ਬਹੁਤ ਪੀਂਦਾ, ਪਰ ਤੂੰ ਵਿਆਹ ਕਰਾ ਲੈ, ਜ਼ਰੂਰੀ ਹੈ। ਮੈਨੂੰ ਸਲਾਹ ਦਿੰਦੇ ਤੁਸੀਂ ਵਿਆਹ ਕਰਾ ਲਓ। ਕਈ ਕੁੜੀਆਂ ਦੇ ਹਸਬੈਂਡ ਐਕਸਟਰਾ ਮੈਰਿਟਲ ਅਫੇਅਰ ਹੈ ਜੀ, ਉਹਨਾਂ ਨੇ ਵਿਆਹ ਕਰਾਇਆ ਜੀ, ਉਹਨਾਂ ਦੇ ਹਸਬੈਂਡ ਭੱਜ ਗਿਆ, ਉਹ ਵੀ ਕਹਿਣਗੇ ਇੱਕ ਵਾਰ ਤਾਂ ਕਰਾਉਣਾ ਹੀ ਪੈਂਦਾ, ਚਲੋ ਕੋਈ ਗੱਲ ਨਹੀਂ, ਅਸੀਂ ਵੀ ਕਰਾਇਆ। ਜੇ ਤੁਸੀਂ ਬੈਡ ਐਕਸਪੀਰੀਅੰਸ ਤੋਂ ਗੁਜ਼ਰੇ ਹੋ ਤਾਂ ਮੈਂ ਕਿਉਂ,
ਤੁਸੀਂ ਇੰਪਰੂਵ ਕਰੋ ਨਾ, ਤੁਸੀਂ ਕਹਿੰਦੇ ਰਿਸਕ ਲੈ, ਇਹ ਜਾਂ ਤਾਂ ਲੋਕਾਂ ਦੀ ਇੰਟੈਂਸ਼ਨ ਇਹ ਅਸੀਂ ਤਾਂ ਫਸੇ ਮੰਡੀ ਵੀ ਫਸੇ, ਤੇ ਜਾਂ ਲੋਕੀ ਵਾਕਈ ਭਲਾਈ ਦਾ ਕੰਮ ਸੋਚ ਰਹੇ ਕਿ ਮੰਡੀ ਦਾ ਵਿਆਹ ਹੋਣਾ ਚਾਹੀਦਾ ਜੀ, ਲਾਈਫ ਚ ਪਾਰਟਨਰ ਹੋਣਾ ਜ਼ਰੂਰੀ ਆ। ਆਈ ਥਿੰਕ ਪਾਰਟਨਰ ਹੋਣਾ ਜ਼ਰੂਰੀ ਆ, ਲੇਕਿਨ ਫਸਟ ਪ੍ਰਾਇੋਰਟੀ ਸ਼ੁੱਡ ਬੀ ਮਨੀ, ਪੈਸਾ ਹੋਣਾ ਬਹੁਤ ਜ਼ਰੂਰੀ ਆ। ਇਹ ਪੈਸਾ ਤਾਂ ਲੋਕ ਇੱਜ਼ਤ ਕਰਦੇ ਆ, ਬਿਲਕੁਲ ਇੱਜ਼ਤ ਦੀ ਗੱਲ ਨਹੀਂ। ਜੇ ਤੁਹਾਡੇ ਕੋਲ ਪੈਸਾ ਨਾ, ਐਟਲੀਸਟ ਤੁਸੀਂ ਆਪਣੇ ਪਤੀ ਤੇ ਡਿਪੈਂਡੈਂਟ ਨਹੀਂ ਹੋ, ਜਾਂ ਆਪਣੇ ਬੁਆਏਫ੍ਰੈਂਡ ਤੇ ਡਿਪੈਂਡੈਂਟ ਨਹੀਂ ਹੋ, ਜਾਂ ਆਪਣੇ ਪੇਰੈਂਟਸ ਤੇ ਡਿਪੈਂਡੈਂਟ ਨਹੀਂ ਹੋ, ਮੈਨੂੰ ਆਹ ਲੈ ਦਿਓ, ਮੈਨੂੰ ਉਹ ਲੈ ਦਿਓ। ਵਿਆਹ ਵੀ ਉਦੋਂ ਕਰਾਓ ਨਾ ਜਦੋਂ ਤੁਸੀਂ ਪ੍ਰੋਪਰ ਸੈਟਲ ਹੋ ਗਏ ਹੋ, ਅਨਸੈਟਲ ਤੁਸੀਂ ਵਿਆਹ ਬਾਰੇ ਸੋਚੋ ਵੀ ਨਾ। ਬਿਲਕੁਲ ਧਿਆਨ, ਇੱਕ ਲੱਤ ਮੇਰੀ ਕਰੀਅਰ ਚ ਫਸ ਰਹੀ, ਇੱਕ ਮੇਰੀ ਫੈਮਿਲੀ ਚ ਫਸ ਰਹੀ, ਇੱਕ ਮੈਂ ਵਿਆਹ ਕਰਾ ਲਾ, ਮੈਂ ਤਿੰਨ ਜਗ੍ਹਾ ਨਹੀਂ ਅੜ ਸਕਦੀ, ਔਰ ਮੈਂ ਹਲੇ ਮੈਂਟਲੀ ਪ੍ਰਿਪੇਅਰਡ ਹੀ ਨਹੀਂ ਵਿਆਹ ਲਈ, ਤੇ ਵਿਆਹ ਮੈਨੂੰ ਇਹ ਲੱਗਦਾ ਕਿ ਇਹ ਐਕਚੁਅਲੀ ਤੁਸੀਂ ਸਮਝ ਲਓ ਉਦੋਂ ਵਿਆਹੇ ਗਏ ਜਦੋਂ ਤੁਹਾਡਾ ਕਿਸੇ ਬੰਦੇ ਨੇ ਸੋਚ ਮਿਲ ਗਈ ਨਾ, ਜਾਂ ਤੁਹਾਨੂੰ ਕੋਈ ਇੱਦਾਂ ਦਾ ਫਰੈਂਡ ਬੁਆਏਫ੍ਰੈਂਡ ਬਿਲਵਡ ਜਾਂ ਪਤੀ ਜਿਹਨੂੰ ਵੀ ਲਗਾ ਲਓ, ਲਾਈਫ 'ਚ ਤੁਹਾਡੇ ਕੋਈ ਇੱਕ ਐਸਾ ਬੰਦਾ ਆ ਗਿਆ ਜਿਹਦੇ ਨਾਲ ਤੁਹਾਡਾ ਸੋਚ ਮਿਲ ਗਈ ਨਾ, ਸਮਝੋ ਤੁਸੀਂ ਉਹਨਾਂ ਵਿਆਹੇ ਗਏ, ਉਹੀ ਅਸਲੀ ਵਿਆਹ ਮੰਨ ਕੇ ਚੱਲੋ, ਕਿਉਂਕਿ ਘਰ ਟੁੱਟਦਾ ਤਾਂ ਹੈ ਜਦੋਂ ਤੁਹਾਡੀ ਸੋਚ ਨਹੀਂ ਮਿਲਦੀ। ਪੰਗਾ ਰੌਲਾ ਸਾਰਾ ਸੋਚਦਾ, ਹੁਣ ਇੱਥੇ ਮੈਂ ਵਿਆਹ ਨਹੀਂ ਕਰਾਉਣਾ, ਪੰਗਾ ਰੌਲਾ ਸੋਚਦਾ, ਇਸ ਲਈ ਨਹੀਂ ਕਿ ਇਹ ਬੁਰੀ ਚੀਜ਼ ਹੈ, ਇਸ ਲਈ ਕਿ ਮੈਂ ਕੁਛ ਬੁਰਾ ਹੁਣ ਆਪਣੀ ਲਾਈਫ 'ਚ ਦੇਖਣਾ ਨਹੀਂ ਚਾਹੁੰਦੀ। ਠੀਕ ਹੈ, ਮੈਂ ਨਹੀਂ ਦੇਖਣਾ ਚਾਹੁੰਦੀ ਵੀ ਮੇਰਾ ਵਿਆਹ ਹੁੰਦਾ ਜੀ, 6 ਮਹੀਨੇ ਬਾਅਦ ਮੈਂ ਔਖੀ ਹਾਂ ਜੀ, ਅਤੇ ਸਾਲ ਬਾਅਦ ਮੇਰਾ ਤਲਾਕ ਹੁੰਦਾ, ਮੈਂ ਕਰਾਉਣਾ ਹੀ ਨਹੀਂ ਚਾਹੁੰਦੀ ਕਿ ਜੇ ਮੈਨੂੰ ਤਲਾਕ ਹੋਣਾ ਜਾਂ ਮੇਰੇ ਨਾਲ ਤਲਾਕ ਦਾ ਨਾਮ ਜੁੜੇ। ਇੱਕ ਗੱਲ, ਤੁਸੀਂ ਮਾਈਂਡ ਸੈਟ ਐਵੇਂ ਕਿਉਂ ਕਰਿਆ ਹੋਇਆ ਵੀ ਮੈਂ ਵਿਆਹ ਹੋ ਗਿਆ ਤਾਂ ਔਖੀ ਹੀ ਹੋਊਂਗੀ? ਕਿਉਂਕਿ ਮੈਂ ਕਿਸੇ ਨੂੰ ਸੁਖੀ ਵਿਆਹੇ ਬੰਦੇ ਨੂੰ ਨਹੀਂ ਦੇਖ ਰਹੀ, ਤੁਸੀਂ ਉਹ ਦੱਸ ਦਿਓ ਮੈਨੂੰ। ਮੈਂ ਸੁਖੀ ਹਾਂ, ਮੈਂ ਪਹਿਲਾਂ ਵੀ ਤੁਸੀਂ ਕਹਿਣਾ ਹੀ ਹੈ ਮੇਲ ਈਗੋ ਆ ਗਿਆ ਨਾ, ਆਫ ਕੈਮਰਾ ਵੀ ਮੈਂ ਆਪਾਂ ਗੱਲ ਹੋਈ ਸੀ, ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੈਂ। ਪਰ ਕਿਸੇ ਨੂੰ ਮਾਂ ਵਾਦੀ ਕਿਸੇ ਨੂੰ ਸਵਾਦੀ ਜ਼ਰੂਰੀ ਨਹੀਂ ਹੁੰਦਾ, ਕਈ ਵਾਰ ਨਾ ਤੁਹਾਡੇ ਘਰਾਂ 'ਚ ਕੁਛ ਇੱਦਾਂ ਦੇ ਕਿੱਸੇ ਹੋਏ ਹੁੰਦੇ ਆ, ਉਹ ਬਚਪਨ ਤੋਂ ਤੁਸੀਂ ਗਰੋ ਉਦਾਂ ਹੋ ਗਏ, ਤੁਹਾਡੇ ਮਨ 'ਚ ਬਹਿ ਗਏ ਕਿ ਵੀ ਮੇਰੇ ਫਾਦਰ ਮਦਰ ਅਨਸਟੇਬਲ ਮੈਰਿਡ ਲਾਈਫ ਰਹੀ ਹੈ, ਮੈਂ ਆਈ ਵਿਲ ਨੋ ਗੋ ਫੋਰ ਦ ਰਿਸਕ ਜੀ। ਬੜੇ ਕਲੋਜ਼ਲੀ ਦੇਖ ਲਿਆ ਨਾ, ਕਈ ਲੋਕਾਂ ਨੂੰ ਹਲੇ ਵੀ ਤੀਜੀ ਇੰਟਰਵਿਊ ਚ ਮੈਂ ਦੱਸਤਾ ਵਿਆਹ ਬਾਰੇ, ਹੁਣ ਮੈਨੂੰ ਲੱਗਦਾ ਅਪਕਮਿੰਗ ਇੰਟਰਵਿਊ ਮੈਂ ਕਰਨੀ ਮੈਂਡੀ ਦਾ ਵਿਆਹ ਦੀ ਚਰਚਾ, ਆਪਾਂ ਕੱਲੇ ਉਹੀ ਕਰ ਲਾਂਗੇ ਆਪਾਂ, ਫਿਰ ਜਦੋਂ ਕਰਾਉਣਾ ਹੀ ਨਹੀਂ, ਫਿਰ ਸੈੱਟ ਹੋ ਜਾਓਗੇ, ਸੈੱਟ ਤੋਂ ਬਾਅਦ ਤਾਂ ਕਿਹਾ ਹੋਇਆ। ਮੈਂ ਨਹੀਂ, ਮੈਂ ਗੱਲ ਕਰਦੀ ਹਾਂ ਵੀ ਬੰਦੇ ਨੂੰ ਵਿਆਹ ਦਾ ਰਿਸਕ ਸੈੱਟ ਹੋ ਕੇ ਲੈਣਾ ਚਾਹੀਦਾ, ਇਹ ਰਿਸਕ ਹੈ, ਇਹ ਜੂਆ ਹੈ ਜੀ, ਲੋਟਰੀ ਹੈ, ਲੱਗ ਗਈ ਚੰਗੀ ਨਾ ਨਹੀਂ ਲੱਗੀ ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਜੀ। ਚਲੋ ਐਨੀਵੇ, ਅਗਲਾ ਸਵਾਲ ਹੈ, ਤੁਸੀਂ ਤੁਹਾਡੇ ਫਾਦਰ ਇੰਨੇ ਲੈਜੈਂਡ ਸਿੰਗਰ ਹੋਏ ਆ, ਕਿਉਂਕਿ ਕਾਫੀ ਸਿੰਗਰਸ ਨੇ ਜਿਨ੍ਹਾਂ ਨੂੰ ਮੈਂ ਉਹਨਾਂ ਦਾ ਨਾਮ ਲੈਂਦੇ ਸੁਣਿਆ, ਚ ਕੋਈ ਕਹਿੰਦਾ ਵੀ ਅਸੀਂ ਆਪਣਾ ਟੇਸਟ ਚੇਂਜ ਕਰਨਾ, ਉਹਨਾਂ ਨੂੰ ਸੁਣ ਕੇ ਕਰਨਾ, ਕਈ ਉਹਨਾਂ ਦੀ ਕੰਪੋਜੀਸ਼ਨ ਅੱਜ ਆਪਣੇ ਗਾਣੇ ਯੂਜ਼ ਕਰ ਰਹੇ ਨੇ, ਬਿਲਕੁਲ, ਤੇ ਤੁਸੀਂ ਉਹਨਾਂ ਤੋਂ ਸਿੱਖ ਕੇ, ਕਿਉਂਕਿ ਤੁਸੀਂ ਉਹਨਾਂ ਦੇ ਪਰਿਵਾਰ ਚੋਂ, ਤੁਹਾਡਾ ਉਹਨਾਂ ਨਾਲ ਇੱਕ ਖੂਨ ਦਾ ਰਿਸ਼ਤਾ, ਤੁਸੀਂ ਆਪਣਾ ਹਜੇ ਤੱਕ ਕਮਰਸ਼ੀਅਲ ਟਰੈਕ ਕਿਉਂ ਨਹੀਂ ਸੋਚਿਆ? ਸਭ ਤੋਂ ਪਹਿਲਾਂ ਮੈਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਕਮਰਸ਼ੀਅਲ ਟਰੈਕ ਲਈ ਯੂ ਨੀਡ ਅ ਬਿਗ ਬਜਟ ਜੀ, ਸੋ ਸਾਰੀ ਦੁਨੀਆ ਨੂੰ ਪਤਾ ਉਹਦੇ ਲਈ ਕੀ ਹੈ, ਤੁਸੀਂ 5-7 ਲੱਖ ਦਾ ਮਿਊਜ਼ਿਕ ਕਰੋਗੇ, ਫਿਰ ਮਿਊਜ਼ਿਕ ਵੱਡਾ ਤਾਂ ਤੁਹਾਡੀ ਵੀਡੀਓ ਵੱਡੀ ਹੋਣੀ ਚਾਹੀਦੀ ਹੈ, ਫਿਰ ਮਿਊਜ਼ਿਕ ਤੁਸੀਂ 2-4 ਲੱਖ ਤਾਂ ਚਲੋ, 5 ਲੱਖ ਦਾ ਟਰੈਕ ਕਰ ਲਿਆ ਜੀ, ਬੰਬੇ ਤੋਂ ਕਰਾ ਲਿਆ ਜੀ, ਮਿਕਸਿੰਗ ਮਾਸਟਰਿੰਗ ਸਭ ਕੁਝ ਕਰਾ ਕੇ 4-5 ਲੱਖ ਦਾ ਟਰੈਕ ਬਣਿਆ, 5-6 ਲੱਖ ਦੀ ਵੀਡੀਓ ਬਣੀ, 10 ਲੱਖ ਤੁਹਾਨੂੰ ਐਡਵਰਟੀਜ਼ਮੈਂਟ ਲਈ ਚਾਹੀਦਾ, ਉਹ ਨਹੀਂ ਚੱਲਦਾ ਤਾਂ ਵੀ ਤੁਹਾਡੇ ਖੂਹ ਖਾਤੇ, ਨਹੀਂ ਤਾਂ ਉਹ ਚੱਲਦਾ ਉਹਨੂੰ ਹੋਰ ਚਲਾਉਣ ਵਾਸਤੇ ਤੁਹਾਨੂੰ ਖੂਬ ਉਹਦੇ 'ਤੇ ਮਿਹਨਤ ਕਰਨੀ ਪੈਂਦੀ, ਪ੍ਰਮੋਸ਼ਨਸ ਕਰਨੀਆਂ ਪੈਂਦੀਆਂ, ਉਹ 20-22 ਲੱਖ ਜਿਹੜਾ ਤੁਸੀਂ ਲਾਇਆ, ਇੱਕ ਮਿਡਲ ਕਲਾਸ ਬੰਦੇ ਦਾ ਬੱਚਾ ਵਿਆਹਿਆ ਜਾਂਦਾ ਜਿਹੜਾ ਦਹੇਜ ਦਿੱਤਾ ਜਾਂਦਾ, ਲੇਕਿਨ ਮੈਂ ਗੱਲ ਕਰਦੀ ਹਾਂ ਉਹ 20-22 ਲੱਖ ਲਾ ਕੇ ਵੀ ਤੁਹਾਨੂੰ ਸ਼ੋਅ ਕਿੰਨੇ ਦਾ ਮਿਲਦਾ, ਮਸਾਂ 1 ਲੱਖ ਰੁਪਿਆ, ਉਹ ਵੀ ਸਾਲ ਦਾ 2-3 ਮਿਲਣ, ਤੁਹਾਡੀ ਵਾਪਸੀ ਨਹੀਂ ਹੈ, ਫਿਰ ਤੁਸੀਂ ਇੰਨੇ ਮਹਿੰਗੇ ਟਰੈਕਸ 'ਤੇ ਪੈਸੇ ਕਿਉਂ ਲਾਉਣਾ ਚਾਹੁੰਦੇ ਹੋ ਜਾਂ ਅਸੀਂ ਕਿਉਂ ਲਾਈਏ? ਫਿਰ ਇੱਕ ਸਵਾਲ ਹੋਰ ਵੀ ਨਿਕਲ ਕੇ ਆਉਂਦਾ, ਕਿਉਂਕਿ ਲੋਟਸ ਆਫ ਗਾਣੇ ਆ ਜਿਹੜੇ ਇੰਡਸਟਰੀ 'ਚ ਆ ਰਹੇ ਆ, ਜੇ ਆਪਾਂ ਰੇਸ਼ੋ ਵੀ ਕੱਢੀਏ 20 ਗਾਣੇ ਪਰ ਡੇ ਰਿਲੀਜ਼ ਹੋ ਰਹੇ ਆ, ਲੋਕ ਇੰਨਾ ਇਸ ਲਾਈਨ 'ਚ ਆ ਕਿਉਂ ਰਹੇ ਆ? ਉਹ ਪ੍ਰੋਡਿਊਸਰਸ ਕਰਕੇ ਆ ਰਹੇ ਨਾ, ਉਹ ਪ੍ਰੋਡਿਊਸਰਸ ਨਾਲ ਕੋਆਪਰੇਟ ਕਰਕੇ ਆ ਰਹੇ ਆ ਜੀ। ਸ਼ਾਇਦ ਅਸੀਂ, ਮੈਂ ਪਹਿਲਾਂ ਹਰ ਇੰਟਰਵਿਊ 'ਚ ਇੱਕ ਗੱਲ ਕਹਿਣੀ ਹੁੰਦੀ ਹੈ, ਜੇ ਅਸੀਂ ਪਿੱਛੇ ਹਾਂ ਤਾਂ ਸ਼ਾਇਦ ਅਸੀਂ ਕੋਆਪਰੇਟ ਨਹੀਂ ਕਰ ਸਕਦੇ, ਮੈਨੂੰ ਮਾਣ ਹੈ ਆਪਣੇ ਅੰਦਰ ਟੈਲੈਂਟ ਹੋਣ ਦਾ, ਮੈਂ ਐਕਟਿੰਗ ਅੱਛੀ ਕਰ ਸਕਦੀ, ਮੈਂ ਕਮੇਡੀ ਅੱਛੀ ਕਰ ਸਕਦੀ, ਮੈਂ ਡਾਇਲੋਗ ਬਹੁਤ ਅੱਛੇ ਬੋਲ ਸਕਦੀ ਹਾਂ, ਮੈਂ ਵੋਇਸ ਓਵਰ ਆਰਟਿਸਟ ਰਹਿ ਚੁੱਕੀ ਹਾਂ, ਮੈਂ ਸ਼ੋਜ਼ ਪ੍ਰੋਡਿਊਸ ਡਾਇਰੈਕਟ ਕਰ ਚੁੱਕੀ ਹਾਂ, ਮੈਨੂੰ ਮਾਣ ਹੈ ਆਪਣੇ ਆਪ 'ਚ, ਮੇਰੀ ਇੰਨੀ ਕਲਾ, ਜਿਹਦਾ ਮੁੱਲ ਪੈਣਾ ਤਾਂ ਬਿਨਾਂ ਕਿਸੇ ਕੋਆਪਰੇਸ਼ਨ ਦੇ ਪੈ ਜੂਗਾ, ਮੈਂ ਆਡੀਸ਼ਨਸ ਦੂੰਗੀ, ਮੈਂ ਰਿਜੈਕਸ਼ਨ ਸਹੂੰਗੀ, ਬਿਕੋਜ਼ ਰਿਜੈਕਸ਼ਨ ਇਜ਼ ਐਕਸੈਪਸ਼ਨ ਵਨ ਡੇ, ਜਿਹੜੀ ਤੁਹਾਡੀ ਰਿਜੈਕਸ਼ਨ ਉਹ ਇੱਕ ਦਿਨ ਐਕਸੈਪਟ ਹੋ ਹੀ ਜਾਂਦੀ ਹੈ ਨਾ, ਜਦੋਂ ਤੁਸੀਂ ਇੱਕ ਚੀਜ਼ ਨੂੰ ਕਰੀ ਜਾਂਦੇ ਹੋ ਕੰਟੀਨਿਊਟੀ ਨਾਲ, ਉਹ ਚੀਜ਼ ਜਿਵੇਂ ਫੈਟ ਆ ਬਰਨ ਹੋ ਹੀ ਜਾਂਦਾ, ਫਿਰ ਉਹ ਕੀ ਹੋਊਗਾ, ਤੇ ਜੇ ਮੈਂ ਮਿਹਨਤ ਕਰੂੰਗੀ ਆਡੀਸ਼ਨ ਦਊਂਗੀ ਨਾ, ਤਾਂ ਮੇਰੀ ਕਿਤੇ ਨਾ ਕਿਤੇ ਉਹਨਾਂ ਨੂੰ ਜੇ ਲੋੜ ਪਊਗੀ ਤਾਂ ਮੈਨੂੰ ਹਾਇਰ ਕਰ ਲੈਣਗੇ ਜਾਂ ਮੈਨੂੰ ਕੰਮ ਦੇਣਗੇ, ਲੇਕਿਨ ਜੇ ਮੈਂ ਇੰਡਸਟਰੀ ਕੋਲ ਜਾ ਕੇ ਕਹਾਂ ਜੀ ਮੈਨੂੰ ਤਾਂ ਕੁਛ ਵੀ ਹੋਵੇ ਮੈਨੂੰ ਤਾਂ ਕੰਮ ਦਿਓ,
ਮੈਨੂੰ ਨਹੀਂ ਪਤਾ ਮੈਨੂੰ ਤਾਂ ਦਿਓ ਇਹ ਰੋਲ ਮੈਨੂੰ ਦਿਓ ਉਹ ਕਹਿਣਗੇ ਮੇਰੇ ਲਈ ਕੀ ਕਰਦੀ ਹੈ ਉਹ ਗੱਲ ਆ ਗਈ ਕੋਆਪਰੇਸ਼ਨ ਆਈ ਵੁੱਡ ਰਾਦਰ ਪ੍ਰੈਫਰ ਸਕਰੀਨ ਟੈਸਟ ਦੈਨ ਸਕਿਨ ਟੈਸਟ ਓਨੈਸਟਲੀ ਔਰ ਤੁਹਾਨੂੰ ਵੀ ਪਤਾ ਬਹੁਤ ਬਹੁਤ ਜੇ ਲੋਕ ਨੇ ਆਪਣੇ ਘਰ ਬਾਰ ਅੱਡੇ ਪੱਟ ਕੇ ਸਿੱਧਾ ਚੰਡੀਗੜ੍ਹ ਬੰਬੇ ਸ਼ਿਫਟ ਹੋ ਗਏ ਲੋਕਾਂ ਨਾਲ ਕੋਆਪਰੇਟ ਕਰ ਰਹੇ ਆ ਮੇਰੇ ਤੋਂ ਨਹੀਂ ਹੋਣਾ ਮੈਂ ਅੱਜ ਵੀ ਉਹਦੀ ਮਾਂ ਨਾਲ ਸੋਨੀ ਅਸੀਂ ਅੱਜ ਵੀ ਆਪਣੇ ਘਰੇ ਹਾਂ ਅਸੀਂ ਕੰਮ ਕਰਨ ਲਈ ਜਾਈਦਾ ਅਸੀਂ ਘਰੇ ਵਾਪਸ ਆ ਜਾਈਦਾ ਇੱਦੂ ਜ਼ਿਆਦਾ ਕੋਆਪਰੇਸ਼ਨ ਅਸੀਂ ਇਹ ਕਰ ਸਕਦੇ ਹਾਂ ਅਸੀਂ ਔਨ ਟਾਈਮ ਸੈੱਟ ਤੇ ਜਾ ਸਕਦੇ ਹਾਂ ਗਾਣਾ ਉਵੇਂ ਗਾ ਦਾਂਗੇ ਜਿਵੇਂ ਡਾਇਰੈਕਟਰ ਕਹੂਗਾ ਹਰਕਤ ਕਹਿਣਗੇ ਲਾ ਦਾਂਗੇ ਨਹੀਂ ਕਹਿਣਗੇ ਨਹੀਂ ਲਾਵਾਂਗੇ ਬਟ ਅਸੀਂ ਫਿਜ਼ੀਕਲੀ ਮੈਂਟਲੀ ਕਿਸੇ ਨਾਲ ਕੋਆਪਰੇਟ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਭਾਵੇਂ ਕਹਿੰਦੇ ਨਾ ਦੋ ਪੈਰ ਕਰਨਾ ਵੀ ਚਾਹੀਦਾ ਤੁਰਨਾ ਮੜਕ ਦੇ ਨਾਲ ਤੇ ਬਾਕੀ ਇੱਕ ਮੇਰਾ ਹੋਰ ਸਵਾਲ ਹੈ ਕਿਉਂਕਿ ਤੁਸੀਂ ਆਪਣੇ ਫਾਦਰ ਸਾਹਿਬ ਦੀ ਵੀ ਗਾਇਕੀ ਸੁਣੀ ਹੈ ਤੁਸੀਂ ਵੀ ਇਸ ਲਾਈਨ ਦੇ ਵਿੱਚ ਟੱਚਡ ਹੋ ਹਾਂਜੀ ਤੇ ਤੁਸੀਂ ਬੜਾ ਨੇੜਿਓਂ ਦੇਖਿਆ ਉਹਨਾਂ ਦੀ ਗਾਇਕੀ ਨੂੰ ਵੀ ਤੇ ਹੁਣ ਵਾਲੀ ਇੰਡਸਟਰੀ ਲਾਈਨ ਨੂੰ ਵੀ ਕੀ ਫਰਕ ਸਮਝੇ ਬਿਗ ਡਿਫਰੈਂਸ ਉਹ ਗਲੇ ਦੇ ਕਲਾਕਾਰ ਨੇ ਤੇ ਬਾਕੀ ਮਸ਼ੀਨੀ ਕਲਾਕਾਰ ਨੇ ਐਂਡ ਫੀਲ ਕੀ ਹੋ ਰਿਹਾ ਹੁਣ ਅੱਜ ਦੀ ਇੰਡਸਟਰੀ ਫੀਲ ਇਹ ਹੋ ਰਿਹਾ ਹੈ ਫੀਲ ਇਹ ਹੋ ਰਿਹਾ ਕਿ ਅਸੀਂ ਜੋ ਸੁਣ ਰਹੇ ਹਾਂ ਦੈਟ ਇਜ਼ ਆਲ ਆਟੋ ਟੂਨ ਦੈਟ ਇਜ਼ ਆਲ ਕੰਪਿਊਟਰਾਈਜ਼ਡ ਦੈਟ ਇਜ਼ ਆਲ ਮਸ਼ੀਨ ਮਕੈਨੀਕਲੀ ਦੇ ਆਰ ਮਕੈਨੀਕਲ ਸਿੰਗਰਸ ਓਨੈਸਟਲੀ ਟੈਲਿੰਗ ਤੁਸੀਂ ਹੁਣ ਕਿਸੇ ਨੂੰ ਕੋਈ ਸਾਹ ਦੱਬ ਕੇ ਕੋਈ ਗਾਣਾ ਗਾਉਣਾ ਦੇ ਵਿਲ ਨਾਟ ਬੀ ਏਬਲ ਟੂ ਸਿੰਗ ਐਨੀਥਿੰਗ ਚੈਲੰਜ ਹੈ ਤੁਹਾਨੂੰ ਲੱਗਦਾ ਉਹਨਾਂ ਨੇ ਚੁੱਕਣੀ ਹੈ ਤੁੰਬੀ ਇੱਕ ਤਾਰੇ ਨਾਲ 700 ਵਜਾਉਣੇ ਆ ਉਹਨਾਂ ਦਾ ਤੇ ਇਹਨਾਂ ਚ ਕੰਪੇਅਰ ਆਪਾਂ ਕਰਨਾ ਹੀ ਨਹੀਂ ਤੁਹਾਨੂੰ ਲੱਗਦਾ ਨਹੀਂ ਵੀ ਹੁਣ ਜਿਹੜੇ ਅਨਪ੍ਰੋਫੈਸ਼ਨਲ ਸਿੰਗਰ ਨੇ ਉਹ ਜ਼ਿਆਦਾ ਹਾਈਪ ਲੈ ਰਹੇ ਨੇ ਮੈਂ ਤੁਹਾਨੂੰ ਕਿਹਾ ਨਾ ਕਊਆ ਮੋਤੀ ਖਾਏਗਾ ਇੱਕ ਕਹਾਵਤ ਹੈ ਹੁਣ ਨਾਨ ਪ੍ਰੋਫੈਸ਼ਨਲ ਲੋਕਾਂ ਕੋਲੇ ਪੈਸਾ ਵੀ ਜ਼ਿਆਦਾ ਹਿੰਦੀ ਵਾਲੀ ਕਹਾਵਤ ਘੱਟ ਆਉਂਦੀ ਹੈ ਆਪਣੇ ਕੋਈ ਗੱਲ ਨਹੀਂ ਕਾਂ ਮੋਤੀ ਖਾਣਗੇ ਇੱਕ ਕਹਾਵਤ ਹੈ ਹਾਂਜੀ ਉਹ ਹਿੰਦੀ 'ਚ ਕਹਿੰਦੇ ਉਹਨੂੰ ਚਲੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦੀ ਮੈਂ ਮੈਨੂੰ ਹੱਕ ਨਹੀਂ ਹੈਗਾ ਅਸੀਂ ਵੀ ਪੂਰਾ ਸੁਰਾ ਹੀ ਗਾਉਂਦੇ ਅਸੀਂ ਜੇ ਕਹੀ ਅਸੀਂ ਤਾਂ ਨਾਟ ਗਾਇਕ ਨੋ ਅਸੀਂ ਤਾਂ ਨਾਟ ਗਾਇਕਾਂ ਦੇ ਬੱਚੇ ਜ਼ਰੂਰ ਹਾਂ ਅਸੀਂ ਉਹਨਾਂ ਦੇ ਪੈਰਾਂ ਦੇ ਕਣ ਦੀ ਮਿੱਟੀ ਵੀ ਨਹੀਂ ਤੁਸੀਂ ਕੁਐਸਚਨ ਕੀ ਪੁੱਛਿਆ ਤੁਹਾਨੂੰ ਡਿਫਰੈਂਸ ਕੀ ਲੱਗਦਾ ਜੀ ਤਾਂ ਡਿਫਰੈਂਸ ਆਈ ਵੁੱਡ ਲਵ ਟੂ ਟੈਲ ਯੂ ਕਿ ਡਿਫਰੈਂਸ ਇਹ ਹੈ ਕਿ ਇੱਕ ਤਾਰੇ ਤੋਂ 700 ਵਜਾਉਣਾ ਕਿਤੇ ਵੀ ਗਾ ਦੇਣਾ ਹਾਰਮੋਨੀਅਮ ਨਾਲ ਵੀ ਗਾ ਦੇਣਾ ਹੁਣ ਮਿਊਜ਼ੀਸ਼ੀਅਨਾਂ ਦਾ ਬੈਂਡ ਵੀ ਵੱਧ ਹੁੰਦਾ ਤੇ ਆਪ ਸੁਰ 'ਚ ਵੀ ਨਹੀਂ ਹੁੰਦੇ ਅਸੀਂ ਟਰੈਕ ਮਾਸਟਰ ਮਿਕਸਿੰਗ ਲਈ 2 ਲੱਖ ਲਾ ਦਿੰਦੇ ਹਾਂ ਜੀ ਇਹਨੂੰ ਟਿਊਨ ਕਰ ਦੇਣਾ ਇਹਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿਹੜਾ ਸੁਰ ਲੱਗਿਆ ਕਿਹੜਾ ਨਹੀਂ ਜੇ ਤੁਸੀਂ ਉਹਨਾਂ ਨੂੰ ਲਾਈਵ ਸੁਣੋ ਨਾ ਮੈਂ ਹੁਣ ਨਾਮ ਨਹੀਂ ਲੈਣਾ ਉਹਨਾਂ ਸਿੰਗਰ ਦਾ ਮੈਂ ਜਦੋਂ ਉਹ ਗਾਣਾ ਓਰੀਜਨਲ ਉਹਨਾਂ ਦਾ ਮਿਕਸ ਮਾਸਟਰ ਸੁਣਿਆ ਤਾਂ ਮੈਂ ਕਿਹਾ ਵਾਹ ਬੰਦਾ ਬਹੁਤ ਸੋਹਣਾ ਗਾਉਂਦਾ ਜਦੋਂ ਉਹਨਾਂ ਨੇ ਲਾਈਵ ਮੇਲੇ 'ਚ ਗਾਇਆ ਮੈਨੂੰ ਮੇਰੀ ਧਾਰ ਨਿਕਲੀ ਕਿ ਇਹਨਾਂ ਲੋਕਾਂ ਨੂੰ ਲੋਕੀ ਸੁਣ ਰਹੇ ਆ ਪਿਆਰ ਕਰ ਰਹੇ ਇਹੀ ਲੋਕ ਹਿੱਟ ਨੇ ਉਹਨਾਂ ਨੂੰ ਵੀ 2 ਲੱਖ 3 ਲੱਖ ਦੇ ਕੇ ਸਟੇਜਾਂ 'ਤੇ ਚੜਾਇਆ ਹੋਇਆ ਅਤੇ ਬੇਸੂਰੇਪਨ ਨੂੰ ਤਾਂ ਲੋਕੀ ਆਪ ਪ੍ਰਮੋਟ ਕਰ ਰਹੇ ਆ ਤੁਸੀਂ ਮੈਨੂੰ ਆਪ ਦੱਸੋ ਫਿਰ ਕਮੀ ਕਿਹਦੇ 'ਚ ਆ ਗਈ ਸ਼ਰੋਤਿਆਂ 'ਚ ਆ ਗਈ ਨਾ ਹੁਣ ਸ਼ਰੋਤੇ ਇਹ ਚੀਜ਼ ਸੁਣਨਾ ਚਾਹ ਰਹੇ ਤਾਂ ਡਿਫਰੈਂਸ ਇਹ ਹੈ ਕਿ ਉਹ ਉਹਨਾਂ ਨੂੰ ਸ਼ਰੋਤੇ ਸੁਣਦੇ ਸੀ ਜਿਨ੍ਹਾਂ ਨੂੰ ਸੁਣਕਾਰ ਸੀ ਹੁਣ ਕੀ ਆ ਹੁਣ ਲੋਕੀ ਐਂਟਰਟੇਨ ਹੀ ਸੁਣਦੇ ਆ ਉਹਨੇ ਜੀ ਗਨ ਦਾ ਗੀਤ ਗਾਤਾ ਜੀ ਉਹਨੇ ਰਨ ਦਾ ਗੀਤ ਗਾਤਾ ਜੀ ਉਹ ਤਾਂ ਸੁਣ ਰਹੇ ਆ ਉਹਨਾਂ ਨੂੰ ਨਹੀਂ ਪਤਾ ਕੀ ਗਾ ਰਹੇ ਆ ਤੇ ਇਹ ਸਭ ਆਰਟੀਫਿਸ਼ਲੀ ਗਾ ਰਹੇ ਆ ਟੇਸਟ ਚਾਹੀਦਾ ਲੋਕਾਂ ਨੂੰ ਲੋਕੀ ਟੇਸਟ ਯਾ ਜੀ ਤੇ ਇੱਕ ਸਵਾਲ ਹੋਰ ਵੀ ਹੈ ਤੁਸੀਂ ਲੀਜ਼ੈਂਡ ਗਾਇਕਾ ਦੇ ਡਾਟਰ ਹੋ ਤੇ ਤੁਹਾਨੂੰ ਕਦੋਂ ਤੋਂ ਫੀਲ ਹੋਣ ਲੱਗਿਆ ਵੀ ਹਾਂ ਮੈਂ ਲੀਜ਼ੈਂਡ ਦੀ ਇੱਕ ਕੁੜੀ ਹੈਗੀ ਆ ਬਚਪਨ 'ਚ ਤੁਹਾਨੂੰ ਪਤਾ ਤੁਹਾਨੂੰ ਯੂ ਨੈਵਰ ਰੀਅਲਾਈਜ਼ਡ ਕਿ ਤੁਸੀਂ ਕਿਹਦੇ ਬੱਚੇ ਹੋ ਈਵਨ ਬਹੁਤ ਵੱਡੇ ਸਟਾਰ ਦੀ ਗੱਲ ਵੀ ਕਰੀਏ ਨਾ ਬਹੁਤ ਵੱਡੇ ਸਟਾਰ ਕਾਈਂਡ ਆਫ ਤੁਸੀਂ ਧਰਮਿੰਦਰ ਜੀ ਨੂੰ ਲੈ ਲਓ ਜਾਂ ਹੇਮਾ ਮਾਲਨੀ ਜੀ ਨੂੰ ਲੈ ਲਓ ਜਾਂ ਤੁਸੀਂ ਕਿਸੇ ਨੂੰ ਵੀ ਲੈ ਲਓ ਬੱਚੇ ਨੂੰ ਹਲੇ ਅੰਟਿਲ ਜਿੰਨਾ ਚਿਰ ਉਹ ਇੱਥੋਂ ਮੈਚੋਰ ਨਹੀਂ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ ਅੱਛਾ ਕਰਤਾਰ ਅਮਲਾ ਜੀ ਨੇ ਲੋਕਾਂ ਲਈ ਨੇ ਸਾਡੇ ਲਈ ਤਾਂ ਘਰੇ ਆਮ ਤੁਰੀ ਫਿਰਦੇ ਆ ਨਾ ਸਾਡੇ ਲਈ ਤਾਂ ਹਾਂ ਮੇਰਾ ਪਿਓ ਉੱਧਰ ਉੱਧਰ ਪਾਪਾ ਗਏ ਉੱਧਰੋਂ ਪਾਪਾ ਗਏ ਲੈ ਉੱਧਰ ਹਾਰਮੋਨੀਅਮ ਵਜਾਇਆ ਸਾਡੇ ਲਈ ਉਹ ਸਿੰਗਰ ਨੇ ਲੇਕਿਨ ਜਦੋਂ ਅਸੀਂ ਘਰੋਂ ਬਾਹਰ ਨਿਕਲਦੇ ਹਾਂ ਜਾਂ ਪਿੰਡਾਂ ਪਿੰਡਾਂ 'ਚ ਜਾਂਦੇ ਹਾਂ ਫੋਰਨ ਕੰਟਰੀਜ਼ 'ਚ ਜਾਂਦੇ ਹਾਂ ਤਾਂ ਉੱਥੇ ਲੋਕੀ ਕਹਿੰਦੇ ਕਰਤਾਰ ਰਮਲਾ ਜੀ ਅ ਲੈਜੈਂਡ ਸਿੰਗਰ ਫਿਰ ਬੰਦਾ ਰਿਅਲਾਈਜ਼ ਕਰਦਾ ਜਦੋਂ ਅਸੀਂ ਮੈਚਿਓਰ ਹੋਏ ਨਾ ਉਦੋਂ ਸਾਨੂੰ ਪਤਾ ਚੱਲਿਆ ਕਿ ਇਹ ਬਹੁਤ ਵੱਡੇ ਜੈਮ ਨੇ ਮੇਰੇ ਮੰਮਾ ਪਾਪਾ ਟਿਲ ਟੂਡੇ ਐਡੇ ਵੱਡੇ ਜੈਮ ਨੇ ਕਿ ਇਹਨਾਂ ਦੇ ਗਾਣੇ ਰੋਜ਼ ਪਾਏ ਹੁੰਦੇ ਲਾਈਵ ਔਰਗੈਨਿਕ ਵਿਊਜ਼ ਨਾਲ ਪਾਏ ਹੁੰਦੇ ਆ ਉਹਨਾਂ ਨੂੰ ਤਾਂ ਐਡਾਂ ਖਰੀਦਣ ਦੀ ਵੀ ਲੋੜ ਨਹੀਂ ਉਹ ਤਾਂ ਹੁਣ ਜਿਉਂਦੇ ਨਹੀਂ ਨਾ ਮੇਰੇ ਪਾਪਾ ਲੇਕਿਨ ਉਹਨਾਂ ਦਾ ਵਿਊ ਦੇਖੋ ਵਿਊਅਰਸ਼ਿਪ ਉਹਨਾਂ ਨੇ ਤਾਂ ਨਹੀਂ ਪੇ ਕੀਤਾ ਔਰਗੈਨਿਕ ਹੈ ਇਹਨੂੰ ਕਹਿੰਦੇ ਸਟਾਰ ਜੀ ਤੇ ਇੱਕ ਸਵਾਲ ਮੇਰਾ ਹੋਰ ਵੀ ਹੈ ਵੀ ਤੁਹਾਨੂੰ ਅਸਲ ਦੇ ਵਿੱਚ ਜਦੋਂ ਤੁਸੀਂ ਬਾਹਰੇ ਜਾਂਦੇ ਹੋ ਤੁਹਾਨੂੰ ਕਿਵੇਂ ਪਸੰਦ ਆਉਂਦਾ ਵੀ ਤੁਸੀਂ ਇੱਕ ਇਹ ਤਾਂ ਜ਼ਰੂਰ ਹੈ ਵੀ ਤੁਹਾਨੂੰ ਮਾਣ ਹੈ ਆਪਣੇ ਫਾਦਰ ਸਾਹਿਬ ਦੇ ਤੁਹਾਨੂੰ ਆਪ ਨੂੰ ਇਹ ਵੀ ਲੱਗ ਰਿਹਾ ਵੀ ਮੈਂ ਆਪਦੇ ਫਾਦਰ ਦੇ ਕਰਕੇ ਮੈਨੂੰ ਦੁਨੀਆ ਜਾਵੇ ਜਾਂ ਮੈਂ ਕਮਰਸ਼ੀਅਲ ਗਾਣਾ ਤੁਹਾਡੀ ਆਪਦੀ ਮੈਂ ਇਹ ਸਵਾਲ ਤੁਹਾਨੂੰ ਤਾਂ ਪੁੱਛਣਾ ਵੀ ਤੁਸੀਂ ਫੀਲਿੰਗ ਸ਼ੇਅਰ ਕਰੋ ਵੀ ਤੁਸੀਂ ਜਿਹੜਾ ਅੱਗੇ ਆਉਣਾ ਚਾਹੁੰਦੇ ਹੋ ਹੁਣ ਤੁਸੀਂ ਇਹ ਚੀਜ਼ ਕਰਕੇ ਚਾਹੁੰਦੇ ਹੋ ਵੀ ਤੁਹਾਨੂੰ ਲੋਕ ਤੁਹਾਡੇ ਫਾਦਰ ਸਾਹਿਬ ਕਰਕੇ ਹੀ ਜਾਣਨ ਜਾਂ ਇੱਕ ਮੈਂਡੀ ਸੰਧੂ ਇੱਕ ਖੁਦ ਵੀ ਲੀਜੈਂਡ ਸਿੰਗਰ ਹਾਂਜੀ ਪਹਿਲੀ ਗੱਲ ਅਸੀਂ ਉਹਨਾਂ ਦੀ ਤੁਲਨਾ ਉਹਨਾਂ ਨਾਲ ਨਹੀਂ ਕਰਨੀ ਉਹ ਸਾਡੇ ਪਾਪਾ ਨੇ ਤੇ ਦੇਖੋ ਜਾਣਿਆ ਤਾਂ ਪਿਓ ਦੇ ਨਾਮ ਤੇ ਬੱਚਾ ਜਾਂਦਾ ਉਹ ਮੈਂ ਜਾਣੀ ਜਾਊਂਗੀ ਔਰ ਮੈਂ ਇੰਨੀ ਬਲੈਸਡ ਹਾਂ ਕਿ ਮੇਰੇ ਫਾਦਰ ਦਾ ਨਾਮ ਵੀ ਬਹੁਤ ਉੱਚਾ ਤੇ ਵੱਡਾ ਰੁਤਬਾ ਬਹੁਤ ਵੱਡਾ ਇਸ ਲਈ ਤਾਂ ਵੀ ਮੈਂ ਜਾਣੀ ਜਾਊਂਗੀ ਮੈਂ ਕੁਝ ਕਰਾਂ ਨਾ ਕਰਾਂ ਮੈਂ ਤਾਂ ਵੀ ਜਾਣੀ ਜਾਊਂਗੀ ਕਿਉਂਕਿ ਮੈਂ ਬਹੁਤ ਵੱਡੇ ਸਿੰਗ
मेरी सिस्टर सैंडी वाज पंजाब दी, मेरी मदर परमजीत संधू लेजेंड सिंगर ने, सैंडी बहुत अच्छा गाउंदे ने, बहुत सुरीले ने, और सुरीले फनकारा ने सैंडी नु सुनया है ओनू बहुत, मतलब तुसी ए देखो कि मीर आलम फैमिलीज जेडे इस खानदानी बहुत पक्के गायक जिन्हां नु असीं दादे मानदे, जिन्हां दे असीं पैर छूने, जिन्हां दे असीं फैन आ, ओह सैंडी नु सुनदे आ। सानू मान है सी ऐसी फैमिली चो, सानू आया कित्थों, आया तो करतार रमला जी तो ना, मेरी पापा दी फैमिली चो मैनू आया, मेरे प्यो दे अंश चो मैनू ये चीज आई, मां दे वल्लों आई। मैनू जानणगे जदों मैं कुछ करूंगी, मैनू जरूर जानणगे, मैनू अज तुसी जे मेरे इंटरव्यू कर रहे हो, जे मैनू कुछ मेरे च कुछ है या मेरा कोई माड़ा मोटा नाम है तां ही आए हो इंटरव्यू, तो मैंडी दी करन आए ना, फिर कुछ तो नाम मैं खट्टिया होगा ना, कुछ पापा दे करके भी है, मैं अपने अपनी जानी जावां मैनू प्राउड होगा, लेकिन मैं अपने पापा करके जानी जावां मैनू ज़्यादा प्राउड होगा जी। एक सवाल मेरा होर भी सीगा, शायद तुहानू पहला भी इंटरव्यू च आया, भी तुसी अपने नाम दे नाल मैंडी संधू लाउंदे हो, रमला क्यों नहीं लाउंदे? ये जवाब चलो ये भी मैं थोड़ा आंसर दिनी है। सब तो पहला मेरे पापा मेरे नाल, अमर ने मेरे नाल ने इस टाइम, मेरे पापा ने हमेशा औरत नू अगे रखिया, जिवें कि हिंदू धर्म च सत्त फेरिया चो एक च इस्त्री नू अगे रखते हैं, लेकिन वो अगे क्यों रखते पता, कि अपने हस्बैंड तो पहला मैनू मौत आवे, भी कुछ बुरा होना मेरे ना होवे जी। लेकिन मेरे पापा ने इस्त्री नू अगे रखिया, एक मान सम्मान है, उन्होंने मेरी माँ का सरनेम कदे हटाया ही नहीं जी। तुसीं नोट करो, जे उन्होंने अपनी वाइफ का नहीं हटाया तो उन्होंने बच्चों का भी नहीं हटाया, उन्होंने प्राउडली पापा ने ये सरनेम मम्मी का हटाया नहीं, उन्होंने नहीं कहा करतार परमजीत रमला लाओ, जदों मदर का नहीं हटिया तो उन्होंने सानू भी नहीं रोकिया, वो साडे नाल लग्या ही आ गया, जदों असीं स्कूल से नाम लिखा फिर नाल लग्या आ गया। मेरे पापा ने कदे भी इस्त्री जाति नूं पिछे नहीं रखिया, उन्होंने मूहरे रखिया, इसलिए करतार रमला जय जयकार है, ताही उन्हां दा बहुत वड्डा नाम है, जिन्हें इस्त्री दी इज्जत कर ली ना, कहने ना गुरु ग्रंथ साहिब च दर्जा सो क्यों मंदा आखिए जित जम्मे राजन, वो काइंड ऑफ स्ट्रैटेजी ते अमल करदे सी, उन्होंने हमेशा मेरे मम्मा नूं अगे रखिया, उन्होंने नहीं उन्होंने हटाउन दिता सरनेम, वो साडे नाल भी लग गया, उन्होंने सानू भी नहीं रोकिया जी। बट फादर नेम तो करतार रमला ही रहूगा ना, हुण जे मेरा कल नूं व्याह होवे मेरा सरनेम तो तां ही बदल जाना। इट्स नॉट अबाउट सरनेम, इट्स अबाउट थॉट, इट्स अबाउट तुसी अपने पापा नाल तुसी अटैच हो ना, बस इन्ना काफ़ी है जी। तुसी पापा की इज्जत कर रहे हो ना, तुसी पापा का नाम तुहानू सारे जानते, तो करतार रमला की बेटी है ना, वह संधू लाउणा की हो गया, रमले की बेटी ही कहिंदे आ। थोड़ा एनिमल्स ना भी मैं काफ़ी वीडियोज़ देखे ने, एनिमल्स ने खासा प्यार है थोड़ा, बहुत ज़्यादा थोड़ी इवन थोड़ी फैमिली का सारे का जी। तो ये थोड़ा मतलब कि कदों तो प्यार पिया है? प्यार बचपन तो ही है, क्योंकि मेरे पापा ने बहुत डॉगीज रखे से, मेरे पापा को पहला जर्मन शेफर्ड सी, उसका नाम से डायमंड, उतों ही आ गया जी। फिर मेरे नानी होना ने काफ़ी पशु फरीदकोट तो बिलोंग करते हैं, गावं मझा बहुत सी अपने छोटे छोटे डॉगी बहुत सी, पोमेरियन ब्रीड सी मेरे मम्मा होना को। सवाल मैं थोड़ा ता करे क्योंकि मैं सुनने भी आया थोड़ी डॉग्स करके काफ़ी लोगों ने लड़ाई भी हुई है, पंगे बहुत हाले भी नहीं हटे। और जो प्यार पै गया वो ना सानू जीन्स च आ गया, साडे पेरेंटल है ये, मैंने जीन्स आ गया, इसलिए मेरा इन्होंने दरवेशा ना पैर इन्होंने बोलना नहीं है, मेरा दरवेशा नाल नहीं, मेरा गां मज बैल सूअर सब नाल है, क्योंकि असं हार्ड कोर वैजीटेरियन है, असं नॉन वैज जमा नहीं खाते। ठीक है डॉग्स की फीड है उन्होंने पाना पैंता साडा वास, चले साढ़े 80% वैसे डॉग्स भी वैजीटेरियन ने, असं उन्होंने भी नॉन वैज नहीं पाते, असं नहीं चाहते एक एनीमल कुछ करनी असं दूजे की बली चढ़ाइए, बट वी लव एनीमल्स वी रिस्पैक्ट एनीमल्स, ये भी अंदरों है, ये साढ़े जेनेटिक जीन्स है, सू भी विरासताना ही मिले। वैसे तो एक सवाल है कि थोड़े फादर साहब के सारे गाने सुपरहिट रहे हैं, हाँ जी, क्योंकि थोनू भी सारे गाने वधिया लगते होंगे सानू, पर एक गाना होंगे जो दिल के काफ़ी करीब होंगे, मेरे दिल विच तो ओदियां दो लैणा, वी मैं सुनदी हुंदी सी तेरे नाम मित्रा, मेरे हाथ विच अज तेरी बाह मित्रा, मेरा खुशी विच अंग अंग खुबे ते आया मेरे दिल विच तू 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 तू, पखड़े दे कंडे वांगू खुबे पे आया मेरे दिल विच तू, पखड़े दे कंडे वांगू खुबे पे आया मेरे दिल विच तू। सो बहुत सोहना गाना सी, ते जांदे जांदे मैं कहूँगा भी थोड़ा कोई प्रेरणा योग जिहड़ा मैसेज है, क्योंकि जिहड़ा ये मैं तां पुछ रहा भी जिहड़ा तुसीं एनिमलां वाली गल कही है ना, क्योंकि हरेक बंदा अमल नहीं करदा ये चीज़ां ते, तो कोई मैसेज जो दर्शकों लिए देना चाहते हो? मैसेज एक नहीं है, इट्स लेंदी, मतलब इट्स ऑल टाइम अपने को नहीं टाइम दी नहीं, मैं तुम्हें पहला लैसन मेरी कोई औकात नहीं मैं लैसन देव, असी खुद एक लैसन लें लाइफ जी, लर्निंग्स एंड लैसन लाइफ का एक हिस्सा है। मैं तो यह कहना चाहनी हूँ सब तो पहले अपने माँ प्यो की इज्जत करो, बिल्कुल
ਠੀਕ ਹੈ ਕੁੜੀਆਂ ਨੂੰ ਇੰਨਾ ਪੜਾਓ ਕਿ ਦਹੇਜ ਨਾ ਦੇਣਾ ਪਵੇ ਤੇ ਮੁੰਡਿਆਂ ਨੂੰ ਵੀ ਇੰਨਾ ਪੜਾਓ ਕਿ ਦਹੇਜ ਲੈਣਾ ਨਾ ਪਵੇ ਕੁੜੀਆਂ ਨੂੰ ਚੰਦਰਮਾ ਦੀ ਤਰ੍ਹਾਂ ਨਾ ਬਣਾਓ ਕਿ ਹਰ ਕੋਈ ਘੂਰ ਕੇ ਦੇਖੇ ਉਹਨਾਂ ਨੂੰ ਸੂਰਜ ਦੀ ਤਰ੍ਹਾਂ ਬਣਾਓ ਕਿ ਉਹਨਾਂ ਵੱਲ ਕੋਈ ਤੱਕ ਹੀ ਨਾ ਸਕੇ ਘੂਰ ਹੀ ਨਾ ਸਕੇ ਪਾਣੀ ਦੀ ਦੁਰਵਰਤੋਂ ਨਾ ਕਰੋ ਉੱਥੇ ਜਾ ਕੇ ਦੇਖੋ ਜਿਹੜੇ ਪਾਣੀ ਲਈ ਤਰਸਦੇ ਨੇ ਜਿਹੜੇ ਪਾਣੀ ਤੋਂ ਬਿਨਾਂ ਮਰ ਗਏ ਪਾਣੀ ਦੀ ਇੱਜ਼ਤ ਕਰੋ ਜਾਨਵਰਾਂ ਨਾਲ ਪ੍ਰੇਮ ਭਾਵਨਾ ਰੱਖੋ ਉਹਨਾਂ ਦੇ ਵਿੱਚ ਇੱਕ ਪਸ਼ੂਪਤੀ ਨਾਥ ਆਪਾਂ ਸ਼ਿਵ ਜੀ ਨੂੰ ਕਹਿ ਰਹੀਦਾ ਜਾਂ ਇਹ ਯੋਨੀਆਂ ਜਿਹੜੀਆਂ ਬਣ ਕੇ ਆਈਆਂ ਨੇ ਨਾ ਪਸ਼ੂਆਂ 'ਚ ਵੀ ਰੂਹਾਂ ਨੇ ਇਹ ਗੁਰੂ ਗ੍ਰੰਥ ਸਾਹਿਬ 'ਚ ਵੀ ਦਰਜ ਹੈ ਉਹਨਾਂ ਦੀ ਇੱਜ਼ਤ ਕਰੋ ਜਿਸ ਜਾਨਵਰ ਤੋਂ ਤੁਸੀਂ ਦੁੱਧ ਲੈ ਰਹੇ ਹੋ ਉਹਨਾਂ ਨੂੰ ਵੀ ਨਾ ਮਾਰੋ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਵਿਰਧ ਆਸ਼ਰਮ 'ਚ ਆਪਣੇ ਮਾਪਿਆਂ ਨੂੰ ਨਾ ਛੱਡੋ ਉਹਨਾਂ ਨੇ ਤੁਹਾਡੇ ਲਈ ਮਹਿਲ ਟਾਣੀਆਂ ਬਣਾਏ ਨੇ ਤੁਸੀਂ ਉਹਨਾਂ ਨੂੰ ਚੁੱਪ ਕਰਕੇ ਵਿਰਧ ਆਸ਼ਰਮ ਛੱਡ ਦਿਓ ਉਹ ਮਾਵਾਂ ਲਈ ਪਿਓਆਂ ਲਈ ਨਹੀਂ ਬਣੇ ਅਨਾਥ ਆਸ਼ਰਮ 'ਚ ਆਪਣੇ ਬੱਚੇ ਨਾ ਦਿਓ ਜੇ ਤੁਸੀਂ ਉਹਨਾਂ ਨੂੰ ਪੈਦਾ ਕਰਕੇ ਕੋਲ ਨਹੀਂ ਰੱਖ ਸਕਦੇ ਤਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਮਜ਼ੇ ਦਾ ਸਵਾਦ ਲੈ ਕੇ ਉਹਨਾਂ ਨੂੰ ਦੁਰਕਾਰੋ ਨਾ ਜੇ ਕਿਸੇ ਦੀ ਮੰਗ ਭਰ ਰਹੇ ਹੋ ਨਾ ਤਾਂ ਉਹਦੀ ਭਰਿਓ ਜਿਹਦੇ ਨਾਲ ਸਾਰੀ ਜ਼ਿੰਦਗੀ ਤੁਸੀਂ ਸਾਥ ਨਿਭਾਉਣਾ ਹੋਵੇ ਨਹੀਂ ਤਾਂ ਵਿਆਹ ਵੀ ਨਾ ਕਰੋ ਲੋਕ ਡੋਂਟ ਸੈਟਿਸਫਾਈਡ ਕਮਿਊਨਿਟੀ ਸੈਟਿਸਫਾਈਡ ਯੋਰ ਸੈਲਫ ਠੀਕ ਹੈ ਟਾਈਮ ਲਓ ਹਰ ਚੀਜ਼ ਨੂੰ ਲੇਟ ਕਰੋ ਥੋੜ੍ਹਾ ਦੂਰ ਕਰ ਦਿਓ ਉਸ ਚੀਜ਼ ਨੂੰ ਲੇਕਿਨ ਉਹਨੂੰ ਓਨੀ ਕੁ ਚੀਜ਼ ਕਰੋ ਜਿਹੜੀ ਤੁਸੀਂ ਸਹੀ ਕਰ ਰਹੇ ਹੋ ਗਲਤ ਕੁਛ ਨਾ ਕਰੋ ਦੇਖੋ ਅਸੀਂ ਵੀ ਦੁੱਧ ਦੇ ਤੁਲੇ ਨਹੀਂ ਪਾਪ ਸਾਡੇ ਤੋਂ ਵੀ ਹੁੰਦੇ ਨੇ ਅਤੇ ਦੂਜੀ ਗੱਲ ਸੋਸ਼ਲ ਮੀਡੀਆ 'ਤੇ ਤੁਹਾਨੂੰ ਪੂਰੀ ਆਜ਼ਾਦੀ ਆਪਣੀ ਮਰਜ਼ੀ ਦੇ ਪੋਸਟ ਪਾਉਣ ਦੀ ਤੁਹਾਨੂੰ ਪੂਰੀ ਆਜ਼ਾਦੀ ਆਪਣੀ ਮਰਜ਼ੀ ਦੇ ਕਮੈਂਟ ਕਰਨ ਦੀ ਲੋਕਾਂ ਨੂੰ ਇੰਨਾ ਗਲਤ ਨਾ ਬੋਲੋ ਕਿਉਂਕਿ ਕਹਿੰਦੇ ਨੇ ਜਦੋਂ ਤੁਸੀਂ ਗੰਦ ਛੱਤ ਪਾਉਂਦੇ ਹੋ ਤੁਸੀਂ ਆਪ ਵੀ ਗੰਦੇ ਹੁੰਦੇ ਹੋ ਜਦੋਂ ਤੁਸੀਂ ਗੰਦ ਬੋਲਦੇ ਹੋ ਉਸ ਟਾਈਮ ਤੁਹਾਡੀ ਜ਼ਬਾਨ ਅਤੇ ਤੁਹਾਡੀ ਜ਼ਹਿਨੀਅਤ ਬੜੀ ਗੰਦੀ ਹੋ ਜਾਂਦੀ ਆ ਅਸੀਂ ਤੁਹਾਨੂੰ ਕਮੈਂਟਸ ਕਰਨ ਤੋਂ ਰੋਕਦੇ ਨਹੀਂ ਕਰ ਲਓ ਜਿੰਨੇ ਕਰਨੇ ਨੇ ਕਰਨੇ ਆ ਬਿਕਾਜ਼ ਹੇਟਰਸ ਆਰ ਆਲਵੇਜ਼ ਮੋਟੀਵੇਟਰ ਤੁਹਾਨੂੰ ਮੋਟੀਵੇਟ ਕਰਦੇ ਆ ਨਾ ਕੱਢ ਲਓ ਬਟ ਤੁਹਾਡੀ ਜ਼ਹਿਨੀਅਤ ਬੜੀ ਗੰਦੀ ਦਿਖੂਗੀ ਫਿਰ ਇੱਕ ਗੱਲ ਮੈਂ ਦੱਸਦਾ ਜਿਹੜੇ ਲੋਕ ਮਾੜੇ ਕਮੈਂਟ ਫੇਕ ਆਈਡੀ ਬਣਾ ਕੇ ਕਰਦੇ ਨੇ ਨਾ ਉਹਨਾਂ 'ਚ ਇੰਨਾ ਦਮ ਨਹੀਂ ਹੁੰਦਾ ਕਿ ਸਾਹਮਣੇ ਆ ਕੇ ਗੱਲ ਕਰਨ ਪਰ ਉਹ ਤੁਹਾਡੀ ਸੋਸਾਇਟੀ ਲਈ ਤਾਂ ਤੁਹਾਡੇ ਆਪਦੇ ਰਿਸ਼ਤੇਦਾਰਾਂ ਲਈ ਵੀ ਬੜੇ ਹਾਨੀਕਾਰਕ ਨੇ ਉਹ ਗੁਪਤ ਤਰੀਕੇ ਨਾਲ ਤੁਹਾਡੀਆਂ ਧੀਆਂ ਭੈਣਾਂ ਨਾਲ ਵੀ ਬਹੁਤ ਕੁਝ ਕਰ ਸਕਦੇ ਨੇ ਅਤੇ ਕਹਿੰਦੇ ਨੇ ਨਾ ਕੁੜੀਆਂ ਸੜਕ 'ਤੇ ਕੀ ਮਹਿਫੂਜ਼ ਨੇ ਤਾਂ ਕੋਖ 'ਚ ਵੀ ਮਹਿਫੂਜ਼ ਨਹੀਂ ਕੁੜੀਆਂ ਨੂੰ ਇੰਨਾ ਨਾ ਦੁਤਕਾਰੋ ਐਂਡ ਆਫ ਦ ਡੇ ਪੁੱਤ ਬਣਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆਂ ਨੇ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਮੁੰਡੇ ਪੈਦਾ ਨਾ ਕਰੋ ਕੁੜੀ ਦੀ ਮੁੰਡੇ ਦੀ ਚਾਹ 'ਚ ਕੁੜੀਆਂ ਨੂੰ ਮਾਰੋ ਨਾ ਬਸ ਮੈਂ ਇੰਨਾ ਹੀ ਕਹਿਣਾ ਚਾਹੂੰਗੀ ਆਪਣੀ ਇਰਦ ਗਿਰਦ ਸਵੱਛਤਾ ਰੱਖੋ ਸਵੱਛ ਭਾਰਤ ਅਭਿਆਨ ਨੂੰ ਜੇ ਮੋਦੀ ਜੀ ਨੇ ਚਲਾਇਆ ਮੈਂ ਇਹ ਨਹੀਂ ਕਹਿੰਦੀ ਇਸ ਮੈਂ ਮੋਦੀ ਜੀ ਦੀ ਫੇਵਰ ਨਹੀਂ ਕਰ ਰਹੀ ਗੰਦਗੀ ਤੁਹਾਡੇ ਇਰਦ ਗਿਰਦ ਨਹੀਂ ਹੋਣੀ ਚਾਹੀਦੀ ਉਹਨੇ ਇਹ ਕਿਹਾ ਕਿ ਤੁਹਾਡੇ ਮੈਲ ਦਿਮਾਗ 'ਚ ਵੀ ਨਹੀਂ ਹੋਣਾ ਚਾਹੀਦਾ ਮਾਇੰਡ ਵੀ ਸਾਫ਼ ਰੱਖੋ ਬਸ ਇੰਨਾ ਹੀ ਕਹਿਣਾ ਚਾਹੂੰਗੀ ਸੋ ਮੈਂਡੀ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਸਮਾਂ ਦਿੱਤਾ ਗੋਲਡੀ ਖੀਵਾ ਜੀ ਨੇ ਅਤੇ ਇਹਨਾਂ ਨਾਲ ਜਿਹੜੀ ਟੀਮ ਆਈ ਹੈ ਸਰਦਾਰ ਜੀ ਸਾਡੇ ਜਿਹੜੀ ਬੈਕ ਕੈਮਰਾ ਨੇ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਅਗੇਨ ਕਹੂੰਗੀ ਕੈਮਜ਼ੋ ਮੀਡੀਆ ਨੂੰ ਤੁਸੀਂ ਕਮੈਂਟ ਕਰੋ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਜੀ ਸੋ ਦਰਸ਼ਕੋ ਇਹ ਸੀ ਮੈਂਡੀ ਸੰਧੂ ਜੀ ਤੁਹਾਨੂੰ ਇਹ ਇੰਟਰਵਿਊ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਕਮੈਂਟਾਂ 'ਚ ਆਪਣੀ ਸ਼ਬਦਾਵਲੀ ਜਿਹੜੀ ਆ ਉਹ ਭੱਦੀ ਨਾ ਵਰਤਿਆ ਕਰੋ ਹਾਂ ਕਮੀਆਂ ਜੇ ਤੁਹਾਨੂੰ ਲੱਗਦੀ ਆ ਕੋਈ ਨੈਗੇਟਿਵ ਪੁਆਇੰਟ ਲੱਗਦਾ ਉਹ ਜ਼ਰੂਰ ਦੱਸਿਆ ਕਰੋ ਤਾਂ ਜੋ ਅਸੀਂ ਉਹਨਾਂ ਨੂੰ ਪੜ੍ਹਦੇ ਵੀ ਹਾਂ ਉਹਨਾਂ 'ਚੋਂ ਅੱਗੇ ਇੰਪਰੂਵ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਜੇ ਕੋਈ ਚੰਗੀ ਸ਼ਖਸੀਅਤ ਤੁਹਾਡੇ ਟੱਚ 'ਚ ਹੈ ਤੁਸੀਂ ਸੋਚਦੇ ਹੋ ਵੀ ਅਸੀਂ ਉਹਨਾਂ ਦੀ ਇੰਟਰਵਿਊ ਲੈ ਕੇ ਤੁਹਾਡੇ ਤੱਕ ਆਈਏ ਤਾਂ ਤੁਸੀਂ ਉਹਨਾਂ ਦਾ ਨੰਬਰ ਸਾਡੇ ਇਨਬੋਕਸ 'ਚ ਜਾਂ ਕਮੈਂਟ ਬਾਕਸ 'ਚ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ